Respected Principal Ma'am, Divinity Society ਦੇ ਸਾਰੇ ਟੀਚਰ ਸਹਿਬਾਨ, ਅੱਜ ਦੇ ਸੈਮੀਨਾਰ ਦੇ ਪ੍ਰਧਾਨ ਡਾਕਟਰ ਪਰਮਵੀਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਤੋਂ, ਭਾਵਨਾ ਮਲਿਕ ਜੀ ਔਰ ਮੇਰੇ ਸਾਹਮਣੇ ਬੈਠੇ ਬਹੁਤ ਹੀ ਪੜ੍ਹੇ ਲਿਖੇ ਬੱਚਿਓ, ਅੱਜ ਦੇ ਇਸ ਸੈਮੀਨਾਰ ਐਮਪਾਵਰਮੈਂਟ ਆਫ ਵੂਮੈਨ ਰਾਈਟਸ ਐਂਡ ਡਿਊਟੀਜ਼, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਐਮਪਾਵਰਮੈਂਟ ਦਾ ਮਤਲਬ ਕੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹੁਣੇ ਗੱਲ ਕਰ ਗਏ ਸੀ ਜੈਂਡਰ ਰੇਸ਼ੋ ਦੀ, ਅਤੇ ਮੈਂ ਹੁਣ ਜਦੋਂ ਆ ਰਿਹਾ ਸੀ ਤਾਂ ਮੈਂ ਰੇਡੀਓ 'ਚ ਨਿਊਜ਼ ਸੁਣ ਰਿਹਾ ਸੀ, ਤਾਂ ਅੱਜ ਹੀ ਜਿਹੜੀ ਇੰਡੀਆ ਦੀ ਜਿਹੜੀ ਪਾਪੂਲੇਸ਼ਨ ਹੈ ਉਸ ਦਾ ਉਹ ਦੱਸ ਰਹੇ ਸੀ ਕਿ ਅਸੀਂ 121 ਕਰੋੜ ਹੋ ਗਏ ਹਾਂ, ਔਰ ਇਸ 121 ਕਰੋੜ 'ਚ ਨਾਲ ਹੀ ਉਹ ਆਪਣੀ ਖਬਰਾਂ ਵਿੱਚ ਦੱਸ ਰਹੇ ਸੀ ਕਿ ਪਿਛਲੀ ਸੈਂਸਿਸ ਨਾਲੋਂ ਇਸ ਸੈਂਸਿਸ ਦੇ ਵਿੱਚ ਜਿਹੜੀ ਜੈਂਡਰ ਰੇਸ਼ੋ ਹੈ ਉਹਦੇ ਵਿੱਚ ਇਸਤਰੀ ਦੀਆਂ ਜਾਂ ਨਾਰੀ ਦਾ ਜਿਹੜੀ ਪਾਪੂਲੇਸ਼ਨ ਹੈ ਉਹ ਵਧੀ ਹੈ ਪਿਛਲੀ ਜੋ ਪਿਛਲੀ ਸੈਂਸਿਸ ਹੋਈ ਸੀ। ਤਾਂ ਅੱਜ ਦਾ ਜਿਹੜਾ ਵਿਸ਼ਾ ਹੈ ਐਮਪਾਵਰਮੈਂਟ ਕੀ ਹੈ, ਇਹ ਹੈ ਕਿ ਇਨਕਰੇਜ ਵੂਮੈਨ ਟੂ ਫਾਈਂਡ ਪ੍ਰੈਕਟੀਕਲ ਸੋਲਿਊਸ਼ਨਸ ਟੂ ਦੇਅਰ ਚੈਲੇਂਜਿਸ so that each one becomes self dependent in their own right. ਹੁਣ ਸਵਾਲ ਇਹ ਹੈ ਕਿ ਅੱਜ ਦੇ ਦੌਰ ਵਿੱਚ ਸਾਨੂੰ ਕਿਹੜੀਆਂ ਜਿਹੜੇ ਚੈਲੇਂਜਿਸ ਨੇ, ਇਹ ਚੈਲੇਂਜਿਸ ਕਿਹੜੇ ਕਿਹੜੇ ਨੇ, ਅਸੀਂ ਉਸ ਚੈਲੇਂਜਿਸ ਨੂੰ ਅੱਜ ਅਸੀਂ ਇੱਥੇ ਵਿਚਾਰਨਾ, ਔਰ ਉਹਨਾਂ ਚੈਲੇਂਜਿਸ ਨੂੰ ਅਸੀਂ ਕਿਸ ਤਰ੍ਹਾਂ ਟੈਕਲ ਕਰਨਾ ਹੈ। ਤੋ ਹੈ ਕਿ ਪ੍ਰੋਵਾਈਡ ਦਾ ਟੂਲਸ ਐਂਡ ਟੈਕਨੀਕ ਟੂ ਫੇਸ ਚੈਲੇਂਜਿਸ। ਤਾਂ ਮੈਨੂੰ ਯਾਦ ਆ ਰਿਹਾ ਸੀ ਕਿ ਜਦੋਂ ਸੈਕਿੰਡ ਵਰਲਡ ਵਾਰ ਹੋ ਰਿਹਾ ਸੀ ਅਤੇ ਸੈਕਿੰਡ ਵਰਲਡ ਵਾਰ ਵਿੱਚ ਜਪਾਨ ਬੜੀ ਬੁਰੀ ਤਰ੍ਹਾਂ ਹਾਰ ਰਿਹਾ ਸੀ, ਅਤੇ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਆਪਣੀ ਕੌਮ ਦੇ ਨਾਮ 'ਤੇ ਇੱਕ ਸੰਦੇਸ਼ ਦਿੱਤਾ ਕਿ ਥਰੋ ਅਪ ਦਾ ਆਰਮਸ ਐਂਡ ਪਿਕ ਅਪ ਦਾ ਟੂਲਸ। ਇਹਦਾ ਮਤਲਬ ਇਹ ਸੀ ਕਿ ਹਥਿਆਰ ਛੱਡ ਦਿਓ, ਲੜਾਈ ਛੱਡ ਦਿਓ ਔਰ ਟੂਲਸ ਚੱਕ ਲਓ, ਔਜ਼ਾਰ ਚੱਕ ਲਓ। ਤਾਂ ਤੁਸੀਂ ਦੇਖਿਆ ਕਿ ਪੂਰੀ ਦੁਨੀਆ ਦੇ ਵਿੱਚ ਆਟੋਮੋਬਾਈਲ ਦੀ ਦੁਨੀਆ ਵਿੱਚ ਜਪਾਨ ਜਿਹੜਾ ਉਹ ਪੂਰੇ ਸੰਸਾਰ ਦੇ ਵਿੱਚ ਨੰਬਰ 1 ਹੋ ਗਿਆ। ਇਸ ਤੋਂ ਮਤਲਬ ਇਹ ਨਿਕਲਦਾ ਹੈ ਕਿ ਜੇ ਤੁਹਾਡੇ ਵਿੱਚ ਵਿਜ਼ਨ ਹੈ ਚੈਲੇਂਜਿਸ ਨੂੰ ਫੇਸ ਕਰਨ ਦਾ, ਤਾਂ ਤੁਹਾਡੀ ਸ਼ਿਕਸਤ ਵਿੱਚੋਂ ਵੀ ਜਿਹੜੀ ਹੈ ਵਿਕਟਰੀ ਉਹ ਨਿਕਲੇਗੀ। ਅੱਜ ਜਦੋਂ ਅਸੀਂ 2013 ਦੇ ਵਿੱਚ 21ਵੀਂ ਸੈਂਚਰੀ ਵਿੱਚ ਵਿਚਰ ਰਹੇ ਹਾਂ, ਤਾਂ ਆਪਣੀ ਸੋ ਕਾਲਡ ਆਈਡੀਅਲ ਸੁਸਾਇਟੀ, ਇਸ ਵਿੱਚ ਜੋ ਕੁਝ ਹੋ ਰਿਹਾ ਹੈ ਔਰਤ ਨਾਲ ਜਾਂ ਨਾਰੀ ਨਾਲ, ਉਹ ਇਤਨੀਆਂ ਸ਼ਰਮਸਾਰ ਘਟਨਾਵਾਂ ਹੋ ਰਹੀਆਂ ਨੇ ਕਿ ਪੂਰੀ ਮਨੁੱਖਤਾ ਨੂੰ ਉਸਨੇ ਹਿਲਾ ਦਿੱਤਾ। ਚਾਹੇ ਉਹ ਦਮਨੀ ਵਾਲਾ ਕੇਸ ਹੋਏ ਜਿਹੜਾ ਸ਼ਾਇਦ 2013 ਦੇ ਬਿਗਨਿੰਗ ਵਿੱਚ ਹੀ ਸ਼ੁਰੂ ਹੋਇਆ, ਫਿਰ ਰੀਸੈਂਟਲੀ ਇੱਕ 5 ਸਾਲ ਦੀ ਬੱਚੀ ਦੀ ਗੱਲ ਕਰਾਂ ਤਾਂ ਗੁੜੀਆ ਵਾਲਾ ਕੇਸ ਹੋਇਆ। ਤਾਂ ਇਸ ਤੋਂ ਕੀ ਜੋ ਹੈ ਉਹ ਮੈਸੇਜ ਮਿਲ ਰਿਹਾ ਕਿ ਸਦੀਆਂ ਤੋਂ ਨਾਰੀ ਨਾਲ, ਔਰਤ ਨਾਲ ਜਾਂ ਵੂਮੈਨ ਨਾਲ ਬੇਇਨਸਾਫੀਆਂ, ਜ਼ਬਰਦਸਤੀਆਂ ਔਰ ਮਨਮਾਨੀਆਂ ਹੋ ਰਹੀਆਂ ਨੇ, ਗੁੰਡਾਗਰਦੀ ਹੋ ਰਹੀ ਹੈ। ਹੁਣ ਇੱਕ ਤਾਂ ਹੈ ਗੁੰਡਾਗਰਦੀ ਜਿਹੜੀ ਫੇਸ ਕਰਨੀ ਪੈ ਰਹੀ ਹੈ, ਔਰ ਇੱਕ ਹੈ ਮਰਦਗਰਦੀ, ਔਰ ਇਹ ਮਰਦਗਰਦੀ ਵੀ ਔਰਤ ਨੂੰ ਫੇਸ ਕਰਨਾ ਪੈ ਰਿਹਾ। ਪਹਿਲਾਂ ਮਰਦਗਰਦੀ ਦਾ ਉਦਾਹਰਣ ਮੈਂ ਦਿਆਂ ਤਾਂ ਕਹਾਂ ਕਿ ਇੱਕ ਬੇਟੀ ਦੀ ਸ਼ਾਦੀ ਕਿੱਥੇ ਕਰਨੀ ਹੈ, ਕਿਸ ਨਾਲ ਕਰਨੀ ਹੈ, ਇਹਦਾ ਫੈਸਲਾ ਉਹਦਾ ਪਿਤਾ ਕਰੇਗਾ, ਕੋਈ ਆਰਗੂਮੈਂਟ ਨਹੀਂ। ਇਟਸ ਹੈਪਨਿੰਗ, ਇਹ ਗਰਾਊਂਡ ਰਿਐਲਿਟੀ ਹੈ। ਫਿਰ ਉਸ ਤੋਂ ਬਾਅਦ ਵਿਆਹ ਹੁੰਦਾ ਅਤੇ ਉਹ ਜਿਹੜੀ ਮਰਦਗਰਦੀ ਹੈ ਉਹਦਾ ਹਸਬੈਂਡ ਕਰਦਾ, ਔਰ ਫਿਰ ਉਸ ਤੋਂ ਬਾਅਦ ਸਾਰਾ ਜਿਹੜਾ ਸਮਾਜ ਹੈ ਇਹ ਉਸ ਦੇ ਵਿੱਚ ਮਰਦਗਰਦੀ ਦੇ ਵਿੱਚ ਆ ਜਾਂਦਾ।
ਹੁਣ ਅੱਜ ਅਸੀਂ ਵੇਖਣਾ ਕਿ ਜਦੋਂ ਅਸੀਂ 21ਵੀਂ ਸ਼ਤਾਬਦੀ ਦੇ ਵਿੱਚ ਵਿਚਰ ਰਹੇ ਹਾਂ, ਵਿਗਿਆਨ ਔਰ ਤਕਨੀਕ ਜਿਹੜੀ ਹੈ ਬੁਲੰਦੀਆਂ 'ਤੇ ਪਹੁੰਚੀ ਹੋਈ ਹੈ, ਹਰ ਨਾਮੁਮਕਿਨ ਨੂੰ ਮੁਮਕਿਨ ਕੀਤਾ ਜਾ ਰਿਹਾ, ਬਹੁਤ ਕੁਛ ਹੋ ਰਿਹਾ। ਬ੍ਰਹਿਮੰਡ 'ਚ ਕੀ ਹੈ, ਮੰਗਲ ਗ੍ਰਹਿ 'ਤੇ ਕੀ ਹੈ, ਉੱਥੇ ਕਲੋਨੀਆਂ ਵਸਾਉਣ ਦੀਆਂ ਗੱਲਾਂ ਹੋ ਰਹੀਆਂ ਨੇ, ਲੇਕਿਨ ਔਰਤ ਪ੍ਰਤੀ ਜਿਹੜੀ ਜ਼ਹਿਨੀਅਤ ਹੈ ਇਨਸਾਨ ਦੀ, ਉਹ ਸਦੀਆਂ ਪੁਰਾਣੀ ਹੈ, ਉਹ ਨਹੀਂ ਬਦਲੀ। ਉਸ ਨੂੰ ਹੁਣ ਅਸੀਂ ਕਿਸ ਤਰ੍ਹਾਂ ਬਦਲਣਾ, ਔਰ ਮੈਂ ਸਮਝਦਾ ਕਿ ਇਹ ਜਿਹੜਾ ਸੈਮੀਨਾਰ ਹੈ ਇਹ ਕਾਲਜ ਵਿੱਚ ਤਾਂ ਮਾਤਾ ਸੁੰਦਰੀ ਕਾਲਜ ਵਿੱਚ ਹੋ ਰਿਹਾ, ਇਸ ਲਈ ਪ੍ਰਿੰਸੀਪਲ ਮੈਮ ਔਰ ਡਿਮਨਿਟੀ ਸੁਸਾਇਟੀ ਦੇ ਜਿੰਨੇ ਵੀ ਟੀਚਰ ਸਾਹਿਬਾਨ ਨੇ ਬੜੇ ਵਧਾਈ ਦੇ ਪਾਤਰ ਨੇ, ਆਫਰੀਨ ਹੈ ਉਹਨਾਂ ਨੂੰ। ਇਹੋ ਜਿਹੇ ਸੈਮੀਨਾਰ ਤਾਂ ਮਹੱਲੇ ਮਹੱਲੇ ਵਿੱਚ ਔਰ ਘਰ ਘਰ ਵਿੱਚ ਹੋਣੇ ਚਾਹੀਦੇ ਨੇ, ਔਰ ਜੇ ਅਸੀਂ ਦੇਖੀਏ ਤਾਂ ਰਿਲੀਜਨ ਦੇ ਵਿੱਚ ਆਈਏ ਤਾਂ ਹਰ ਰਿਲੀਜਨ ਦੇ ਵਿੱਚ ਔਰਤ ਲਈ ਜਾਂ ਨਾਰੀ ਲਈ ਬੜੀਆਂ ਹੀ ਪੋਜ਼ਿਟਿਵ ਗੱਲਾਂ ਨੇ। ਇਸਤਰੀ ਜਾਤੀ ਜਿਹੜੀ ਹੈ ਉਸ ਲਈ ਜੇ ਅਸੀਂ 19ਵੀਂ ਜਾਂ 20ਵੀਂ ਸੈਂਚਰੀ ਦੇਖੀਏ ਤਾਂ ਇਸਤਰੀ ਜਾਤੀ ਲਈ ਸਭ ਤੋਂ ਪਹਿਲੇ ਜਿਹੜੀ ਅਵੇਅਰਨੈਸ ਮੂਵਮੈਂਟ ਚੱਲੀ 19ਵੀਂ ਸੈਂਚਰੀ ਵਿੱਚ, ਉਹ ਚੱਲੀ ਸੀ ਅਮੇਰੀਕਾ ਤੋਂ 1908 ਵਿੱਚ, 20ਵੀਂ ਸੈਂਚਰੀ ਦੇ ਸ਼ੁਰੂਆਤ ਵਿੱਚ, ਜਿਹੜੀ ਅਸੀਂ ਹਰ ਸਾਲ 8 ਮਾਰਚ ਨੂੰ ਅਸੀਂ ਐਜ਼ ਏ ਵੂਮੈਨ ਡੇ ਕਰਕੇ ਮਨਾਉਂਦੇ ਹਾਂ। ਔਰ ਇੰਡੀਆ ਦੇ ਵਿੱਚ ਜਿਹੜੀ ਹੈ ਇਹ ਮੂਵਮੈਂਟ ਜਿਹੜੀ ਚੱਲੀ ਵੂਮੈਨ ਡੇ ਦੇ ਹਿਸਾਬ ਨਾਲ, ਉਹ ਚੱਲੀ ਸੀ 1943 ਵਿੱਚ, 8 ਮਾਰਚ 1943 ਦੇ ਵਿੱਚ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਸਤਰੀ ਨਾਲ ਜਿਹੜਾ ਸੰਬੰਧਕ ਧਾਰਮਿਕ ਔਰ ਇਤਿਹਾਸਕ ਪੱਖ ਅਗਰ ਅਸੀਂ ਦੇਖੀਏ ਤਾਂ ਸਾਨੂੰ ਥੋੜ੍ਹਾ ਜਿਹਾ ਪਿੱਛੇ ਜਾਣਾ ਪਏਗਾ, ਤਾਂ ਦੇਖਣਾ ਪਏਗਾ ਕਿ ਅੱਜ ਤੋਂ ਸੈਂਕੜੋ ਸਾਲ ਪਹਿਲੇ ਜਾਂ ਹਜ਼ਾਰਾਂ ਸਾਲ ਪਹਿਲੇ ਇਸਤਰੀ ਨਾਲ ਜਾਂ ਔਰਤ ਨਾਲ ਕਿਸ ਤਰ੍ਹਾਂ ਦਾ ਸਲੂਕ ਹੋ ਰਿਹਾ ਸੀ। ਭਾਵੇਂ ਸੋਚਣ ਵਾਲੀ ਗੱਲ ਹੈ ਕਿ ਇਸ ਜਾਗਰਤੀ ਦੇ ਵਿੱਚ ਜਿਵੇਂ ਮੈਂ ਹੁਣ ਸ਼ੁਰੂਆਤ ਵਿੱਚ ਕਿਹਾ ਕਿ ਸੈਂਸਿਸ ਦੇ ਵਿੱਚ ਥੋੜ੍ਹੀ ਜਿਹੀ ਇਸਤਰੀ ਦੀ ਦਸ਼ਾ ਜ਼ਰੂਰ ਠੀਕ ਹੋਈ ਹੈ, ਔਰ ਇਹ ਜਿਹੜੀ ਵਾਇਲੈਂਸ ਹੁੰਦੀ ਹੈ, ਹਾਊਸ ਵਾਇਲੈਂਸ ਹੁੰਦੀ ਹੈ ਵੂਮੈਨ ਨਾਲ, ਇਸ ਲਈ ਬੜੇ ਕਾਨੂੰਨ ਬਣ ਰਹੇ ਨੇ, ਬੜੀਆਂ ਹੁਣ ਇਸਤਰੀ ਲਈ ਰਿਜ਼ਰਵੇਸ਼ਨਸ ਦੀਆਂ ਗੱਲਾਂ ਹੋ ਰਹੀਆਂ ਨੇ ਪਾਰਲੀਮੈਂਟ ਵਿੱਚ। ਦਮਨੀ ਦੇ ਕੇਸ ਤੋਂ ਬਾਅਦ ਖਾਸ ਕਰਕੇ ਪੂਰੇ ਇੰਡੀਆ ਦੇ ਵਿੱਚ ਇੱਕ ਬੜੀ ਵੱਡੀ ਅਵੇਅਰਨੈਸ ਮੂਵਮੈਂਟ ਚੱਲੀ, ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਇੰਡੀਆ ਗੇਟ 'ਤੇ ਜਿਹੜੇ ਮੁਜ਼ਾਹਰੇ ਹੋਏ, ਉਸ ਨਾਲ ਕਾਨੂੰਨਾਂ ਦੇ ਵਿੱਚ ਬੜੀ ਤਬਦੀਲੀ ਵੀ ਆ ਰਹੀ ਹੈ, ਪਰ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਕਾਨੂੰਨਾਂ ਨੂੰ ਬਣਾਉਣ ਦੇ ਨਾਲ ਇਹ ਜਿਹੜੀ ਦਸ਼ਾ ਹੈ ਇਸਤਰੀ ਦੇ ਨਾਲ ਹੋ ਰਹੀ ਹੈ ਇਹਦੇ ਵਿੱਚ ਕੋਈ ਚੇਂਜ ਆਏਗਾ। ਔਰ ਚੇਂਜ ਤਾਂ ਇੱਕੋ ਗੱਲ 'ਤੇ ਆ ਸਕਦਾ ਹੈ ਕਿ 525 ਸਾਲ ਪਹਿਲੇ ਗੁਰੂ ਨਾਨਕ ਨੇ ਇੱਕ ਬੜਾ ਵੱਡਾ ਇੱਕ ਮੂਵਮੈਂਟ ਚਲਾਈ ਸੀ, ਔਰ ਆਪਣੇ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਵਿੱਚ ਉਹਨਾਂ ਨੇ ਕਿਹਾ ਸੀ ਜਾਗ ਸਲੋਨੜੀਏ, ਸਲੋਨੜੀਏ ਮਤਲਬ ਵੂਮੈਨ ਨੂੰ ਕਿਹਾ ਕਿ ਔਰਤ ਤੂੰ ਜਾਗ, ਜਾਗ ਆਪਣੀ ਐਮਪਾਵਰਮੈਂਟ ਲਈ, ਜਾਗ ਆਪਣੇ ਰਾਈਟਸ ਲਈ, ਜਾਗ ਆਪਣੀਆਂ ਡਿਊਟੀਜ਼ ਲਈ। ਇਹ ਜਾਗਣਾ ਆਪਣੀ ਕਿਸੇ ਨੀਂਦ ਤੋਂ ਜਾਗਣਾ ਨਹੀਂ ਹੈ, ਇਹ ਜਾਗਣਾ ਅਵੇਅਰਨੈਸ ਤੋਂ ਹੈ ਕਿ ਤੂੰ ਆਪਣੇ ਹੱਕਾਂ ਲਈ, ਤੂੰ ਆਪਣੇ ਫਰਜ਼ਾਂ ਲਈ ਆਪਣੇ ਅਵੇਅਰ ਹੋ। ਇਹ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਹੈ ਇਹ ਗੁਰੂ ਨਾਨਕ ਨੇ ਚਲਾਈ ਸੀ। ਹੁਣ ਚਿੰਤਨ ਆਪਾਂ ਇਹ ਕਰੀਏ ਆਪਣਾ ਸਿਰ ਨੀਵਾਂ ਕਰਕੇ ਸਾਰੇ, ਕਿ ਆਪਣੇ ਆਸ ਪਾਸ ਜਦੋਂ ਅਸੀਂ ਮਾਹੌਲ ਵਿੱਚ ਦੇਖਦੇ ਹਾਂ, ਜਾਤ ਮਾਰਦੇ ਹਾਂ, ਅਤੇ ਜਾਣਨ ਦੀ ਕੋਸ਼ਿਸ਼ ਕਰੀਏ ਕਿ ਇਸਤਰੀ ਪ੍ਰਤੀ ਆਮ ਇਨਸਾਨ ਦੀ ਸੋਚ ਦੀ ਜਿਹੜੀ ਜ਼ਮੀਨੀ ਹਕੀਕਤ ਕੀ ਹੈ, ਤਾਂ ਮੈਂ ਗੁਰੂ ਨਾਨਕ ਦਾ ਤੁਹਾਨੂੰ ਜ਼ਿਕਰ ਕਰ ਹੀ ਦਿੱਤਾ ਕਿ ਗੁਰੂ ਨਾਨਕ ਨੇ ਤਾਂ ਇਹ ਬੜੇ ਸਾਫ ਸ਼ਬਦਾਂ ਵਿੱਚ ਸਿਰਫ ਇੱਕੋ ਲਾਈਨ ਨੂੰ ਵੰਡ ਜੰਮੀਏ ਵੰਡ ਨਿਮੀਏ ਸੋ ਕਿਉਂ ਮੰਦਾ ਆਖੀਏ ਜੇ ਜੰਮੇ ਰਜਾਨ ਇਟਸ ਨਾਟ ਐਨਫ, ਤਾਂ ਗੁਰੂ ਨਾਨਕ ਨੇ ਤਾਂ ਇਸਤਰੀ ਨੂੰ ਆਪਣੇ ਇਨਸਾਨ ਤੋਂ ਬੰਦੇ ਤੋਂ ਵੀ ਮਰਦ ਤੋਂ ਵੀ ਵੱਡਾ ਕਿਹਾ, ਔਰ ਉਸਨੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਜੇ ਚੰਗਾ ਸਮਾਜ ਬਣਾਉਣਾ ਤਾਂ ਇਸਤਰੀ ਨੂੰ ਸਤਿਕਾਰ ਦੇਣਾ ਪਏਗਾ। ਇਸਤਰੀ ਨੂੰ ਬਿਨਾਂ ਸਤਿਕਾਰ ਦਿੱਤੇ ਇਹ ਸਮਾਜ ਇੱਕ ਚੰਗਾ ਸਮਾਜ ਨਹੀਂ ਬਣ ਸਕਦਾ। ਤੋ ਅਗਰ ਪੁਰਾਣੇ ਅਸੀਂ ਆਪਣੇ ਧਾਰਮਿਕ ਅਲੱਗ ਅਲੱਗ ਧਰਮਾਂ ਦੀਆਂ ਇਤਿਹਾਸ ਦੇਖਣ ਲੱਗੀਏ ਤਾਂ ਕਿਸੇ ਵੀ ਧਰਮ ਦੇ ਵਿੱਚ ਜੋ ਹੈ ਉਹ ਚਾਹੇ ਉਹ ਯੋਗ ਮਤ ਸੀ ਚਾਹੇ ਬੁੱਧ ਧਰਮ ਹੈ, ਸਭ ਨੇ ਨਾ ਔਰਤ ਨੂੰ ਤਾਂ ਇੱਕ ਮਿੱਥਿਆ ਮੰਨਿਆ, ਸਾਰਾ ਪੜ੍ਹ ਲਓ ਤੁਸੀਂ, ਉਹ ਮਿੱਥਿਆ ਜਾਣ ਕੇ ਉਸਨੂੰ ਕੀਤਾ। ਲੇਕਿਨ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਾਂ ਤਾਂ ਪੂਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਇਹਦੀ ਅਧਿਆਤਮਿਕਤਾ ਦੇਖੀਏ ਤਾਂ ਇੱਕ ਨਾਰੀ ਰੂਪੀ ਆਤਮਾ ਦੀ ਜਿਹੜੀ ਹੈ ਨਾ ਆਵਾਜ਼ ਹੈ ਇਹਦੇ ਵਿੱਚ,
ਤੋ ਸਾਫ ਲਿਖਿਆ ਵੀ ਹੈ ਕਿ ਠਾਕੁਰ ਏਕ ਸਬਾਈ ਨੌਰ, ਕਿ ਇਹ ਪੂਰੀ ਜਿਹੜੀ ਖਲਕਤ ਹੈ ਕਿਆਨਾਤ ਦੇ ਵਿੱਚ ਉਹਨੂੰ ਐਜ਼ ਏ ਫੀਮੇਲ ਲਿਆ ਗਿਆ। ਤੋ ਇਸ ਦਾ ਸਿੱਧਾ ਮਤਲਬ ਸੀ ਕਿ ਗੁਰੂ ਨਾਨਕ ਦੇ ਮਨ ਵਿੱਚ ਇਸਤਰੀਆਂ ਪ੍ਰਤੀ ਬਹੁਤ ਬਹੁਤ ਵੱਡਾ ਸਤਿਕਾਰ ਸੀ, ਔਰ ਗੁਰੂ ਨਾਨਕ ਨੇ ਚਾਹਿਆ ਕਿ ਆਉਣ ਵਾਲਾ ਜਿਹੜਾ ਸੁਸਾਇਟੀ ਹੈ, ਸਮਾਜ ਹੈ, ਪੂਰੀ ਮਨੁੱਖਤਾ ਹੈ, ਉਸ ਵਿੱਚ ਇੱਕ ਗੱਲ ਇਹ ਬੜੀ ਖੁੱਲ੍ਹੇ ਸ਼ਬਦਾਂ ਨਾਲ ਚਲੀ ਜਾਵੇ ਕਿ ਬਿਨਾਂ ਇਸਤਰੀ ਨੂੰ ਸਤਿਕਾਰ ਦਿੱਤੇ ਇਹ ਸੁਸਾਇਟੀ, ਕੋਈ ਵੀ ਕੌਮ, ਕੋਈ ਵੀ ਸਮਾਜ, ਕੋਈ ਵੀ ਦੇਸ਼ ਇੱਕ ਆਈਡੀਅਲ ਕੌਮ ਜਾਂ ਦੇਸ਼ ਜਾਂ ਸਮਾਜ ਨਹੀਂ ਬਣ ਸਕਦਾ। ਤੋ ਇਸ ਬਾਰੇ ਅਸੀਂ ਜਿਹੜੀਆਂ ਇਹ ਸੈਮੀਨਾਰ 'ਚ ਹੁਣ ਜਿਹੜੀਆਂ ਬਹੁਤ ਗੱਲਾਂ ਅਸੀਂ ਕਰਦੇ ਹਾਂ, ਅਗਰ ਸਿੱਖ ਇਤਿਹਾਸ ਵਿੱਚ ਵੀ ਦੇਖ ਲਈਏ ਤਾਂ ਸਿੱਖ ਇਤਿਹਾਸ ਦੀਆਂ ਵੀ ਬੁਨਿਆਦਾਂ ਦੇ ਵਿੱਚ ਇਸਤਰੀ ਦਾ ਬਹੁਤ ਬਹੁਤ ਵੱਡਾ ਰੋਲ ਹੈ। ਤਾਂ ਇੱਕ ਬੜੀ ਗੱਲ ਅਹਿਮ ਮੈਂ ਲਿਖ ਕੇ ਵੀ ਲਿਆਇਆ ਸੀ ਕਿ ਉਹ ਹੈ ਕਿ ਗੁਰੂ ਦੀ ਮਹਿਲਾਂ, ਗੁਰੂ ਦੀਆਂ ਮਹਿਲਾਂ ਮਤਲਬ ਗੁਰੂ ਘਰ ਦੀਆਂ ਇਸਤਰੀਆਂ ਦੀ ਗੱਲ ਕਰ ਰਿਹਾ, ਉਹਨਾਂ ਨੇ ਸਿੱਖੀ ਦੀ ਬੁਨਿਆਦ ਜਿਹੜੀ ਹੈ ਉਹਦਾ ਨੀਂਹ ਪੱਥਰ ਉਹਨਾਂ ਨੇ ਰੱਖਿਆ। ਇਤਿਹਾਸਕ ਤੌਰ 'ਤੇ ਦੇਖੀਏ ਤਾਂ ਪਹਿਲੀ ਸਿੱਖ ਜਿਹੜੀ ਵੁਮੈਨ ਹੈ ਜਿਸ ਨੇ ਬਹੁਤ ਵੱਡਾ ਕੰਮ ਕੀਤਾ ਉਹ ਸੀ ਬੇਬੇ ਨਾਨਕੀ। ਫਿਰ ਲੰਗਰ ਦੀ ਸੰਸਥਾ ਜਿਹੜੀ ਚਲਾਈ ਗਈ ਹੈ ਉਹ ਗੁਰੂ ਅੰਗਦ ਦੇਵ ਜੀ ਦੀ ਵਾਈਫ, ਉਹਨਾਂ ਦੀ ਸਪਤਨੀ ਮਾਤਾ ਖੀਵੀ ਜੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦਾ ਇੱਕ ਖੀਵੀ ਦਾ ਜਿਹੜਾ ਇਹ ਨਾਮ ਵੀ ਦਰਜ ਹੈ, ਕੋਈ ਇੰਡੀਵਿਜੁਅਲ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੀ ਨਹੀਂ, ਲਗਨ ਇੱਕ ਨਾਮ ਹੈ ਮਾਤਾ ਖੀਵੀ ਦਾ, ਉਹ ਫੀਮੇਲ ਦਾ ਜਾਂ ਇਸਤਰੀ ਦਾ ਨਾਮ ਹੀ ਰੱਖਿਆ। ਸਿੱਖ ਧਰਮ ਦੀ ਪਹਿਲੀ ਪ੍ਰਚਾਰਕ ਬੀਬੀ ਅਮਰੋ ਹੋਈ, ਮਾਤਾ ਸਾਹਿਬ ਕੌਰ ਹੋਏ ਖਾਲਸੇ ਨੂੰ, ਜੋ ਜਿਹਨੂੰ ਖਾਲਸੇ ਦੀ ਮਾਂ ਕਿਹਾ ਗਿਆ। ਫਿਰ ਮਾਤਾ ਗੁਜਰੀ ਪਹਿਲੀ ਇਸਤਰੀ, ਜਿਹਨੂੰ ਸ਼ਹੀਦਾਂ ਦੇ ਵਿੱਚ ਅਸੀਂ ਲੈ ਸਕਦੇ ਹਾਂ ਕਿ ਪੂਰੇ ਸੰਸਾਰ ਦੇ ਵਿੱਚ ਪਹਿਲੀ ਇਸਤਰੀ ਸ਼ਹੀਦ ਉਹ ਮਾਤਾ ਗੁਜਰੀ ਸਨ। ਔਰ ਫਿਰ ਜਿਸ ਇਸਤਰੀ ਦੇ ਨਾਮ 'ਤੇ ਕਾਲਜ ਹੈ ਜਿੱਥੇ ਤੁਸੀਂ ਵਿੱਦਿਆ ਲੈ ਰਹੇ ਹੋ, ਮਾਤਾ ਸੁੰਦਰੀ, ਕਿ ਆਫਟਰ ਦਾ ਡੈਥ ਆਫ ਗੁਰੂ ਗੋਬਿੰਦ ਸਿੰਘ ਜੀ ਅਰਾਊਂਡ 40 ਈਅਰਸ, 40 ਸਾਲ ਲਗਭਗ ਇਹ ਜਿਹੜਾ ਗੁਰਦੁਆਰਾ ਹੈ, ਇਹ ਮਾਤਾ ਸੁੰਦਰੀ ਦੀ ਹਵੇਲੀ ਸੀ, ਇੱਥੇ ਰਹਿ ਕੇ ਉਹਨਾਂ ਨੇ ਜਿੱਥੇ ਇਸਤਰੀਆਂ ਲਈ, ਸਮਾਜ ਲਈ, ਕੌਮ ਲਈ ਕੰਮ ਕੀਤਾ, ਉੱਥੇ ਉਹਨਾਂ ਨੇ ਸਾਰੀ ਸਿੱਖ ਕੌਮ ਦੀ ਵੀ ਅਗਵਾਈ ਕੀਤੀ। ਜਿੱਥੇ ਜਿੱਥੇ ਸਿੱਖਾਂ ਦੇ ਵਿੱਚ ਕੋਈ ਦੁਵਿਧਾ ਸੀ, ਹੁਕਮਨਾਮੇ ਲਿਖ ਕੇ ਉਹਨਾਂ 'ਚ ਆਪਸ ਦੇ ਵਿੱਚ ਉਹਨਾਂ ਦੇ ਝਗੜੇ ਦੂਰ ਕੀਤੇ। ਬਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਹੈੱਡ ਗ੍ਰੰਥੀ ਬਣਾ ਕੇ ਭੇਜਿਆ। ਤੋ ਬਹੁਤ ਬਹੁਤ ਵੱਡਾ ਮਾਤਾ ਸੁੰਦਰੀ ਦਾ ਇਹ ਰੋਲ ਜੋ ਸੀ ਐਜ਼ ਏ ਇਸਤਰੀ, ਇਸ ਨੂੰ ਅਸੀਂ ਬੜੇ ਸਮਝ ਸਕਦੇ ਹਾਂ ਕਿ ਇਸ ਨੂੰ ਬਹੁਤ ਹੀ ਇਹਨੂੰ ਗੋਲਡਨ ਵਰਡਸ ਦੇ ਵਿੱਚ ਅਸੀਂ ਲਿਖ ਸਕਦੇ ਹਾਂ ਕਿ ਪੂਰੇ ਇਸਤਰੀਆਂ ਦੇ ਇਤਿਹਾਸ ਦੇ ਵਿੱਚ ਜੋ ਰੋਲ ਮਾਤਾ ਸੁੰਦਰੀ ਦਾ ਹੈ ਸ਼ਾਇਦ ਹੋਰ ਮਿਲੇਗਾ ਨਹੀਂ। ਪਰ ਸਵਾਲ ਇਹ ਹੈ ਕਿ ਹੁਣ ਅਸੀਂ ਕਰਨਾ ਕੀ ਹੈ, ਤਾਂ ਮੈਂ ਥੋੜ੍ਹੀਆਂ ਜਿਹੀਆਂ ਕੋਟੇਸ਼ਨਸ ਜ਼ਰੂਰ ਦੇਣਾ ਚਾਹਾਂਗਾ। ਮੈਨੂੰ ਇੱਕ ਬੜੀ ਆਦਰਸ਼ਕ ਇੱਕ ਕੋਟੇਸ਼ਨ ਯਾਦ ਆ ਰਹੀ ਹੈ ਕਿ ਇੱਕ ਸਾਧਕ ਨੇ ਇਹ ਕਿਹਾ ਕਿ ਮੈਂ, ਉਹ ਕਹਿੰਦਾ ਕਿ ਪਰਮ ਪਿਤਾ ਪਰਮਾਤਮਾ, ਮੈਂ ਤੇਰੀ ਇਸ ਲਈ ਇਬਾਦਤ ਨਹੀਂ ਕਰਦਾ ਕਿ ਮੈਂ ਸਵਰਗਾਂ 'ਚ ਜਾਣਾ ਚਾਹੁੰਦਾ, ਮੈਂ ਤੇਰੀ ਇਸ ਲਈ ਵੀ ਇਬਾਦਤ ਨਹੀਂ ਕਰਦਾ ਕਿ ਮੈਂ ਨਰਕਾਂ 'ਚ ਜਾਣਾ ਚਾਹੁੰਦਾ ਜਾਂ ਸਵਰਗਾਂ 'ਚ ਨਹੀਂ ਜਾਣਾ ਚਾਹੁੰਦਾ, ਮੈਂ ਤੇਰੀ ਇਸ ਲਈ ਇਬਾਦਤ ਕਰਦਾ ਕਿ ਤੂੰ ਇਸਤਰੀ ਦੇ ਰੂਪ ਦੇ ਵਿੱਚ ਮਾਵਾਂ ਬਣਾਈਆਂ ਨੇ, ਭੈਣਾਂ ਬਣਾਈਆਂ ਨੇ, ਪਤਨੀਆਂ ਬਣਾਈਆਂ ਨੇ, ਔਰ ਐਸੀਆਂ ਮਾਵਾਂ ਬਣਾਈਆਂ ਨੇ ਜਿਨ੍ਹਾਂ ਨੇ ਇਸ ਸਮਾਜ ਨੂੰ ਜਾਂ ਇਸ ਸੁਸਾਇਟੀ ਨੂੰ ਜੋ ਹੈ ਚੰਗੀ ਸੁਸਾਇਟੀ ਬਣਾਉਣ ਦੀ ਜਿਹੜੀ ਹੈ ਉਹ ਗੱਲ ਕੀਤੀ ਹੈ। ਮੈਨੂੰ ਯਾਦ ਆਉਂਦੀ ਹੈ ਕਿ ਇਸਤਰੀ ਹੀ ਇੱਕ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ ਸੀ। ਉਸਨੇ ਕਿਹਾ ਸੀ ਕਿ ਇਨਸਾਨ ਜਾਂ ਮਰਦ ਜਾਂ ਆਦਮੀ ਜਿਤਨੀਆਂ ਵੀ ਉਡਾਰੀਆਂ ਲੈ ਰਿਹਾ, ਇਹਨਾਂ ਉਡਾਰੀਆਂ ਦੇ ਪਿੱਛੇ ਅਗਰ ਕੋਈ ਕਾਰਨ ਹੈ ਤਾਂ ਉਹ ਇਸਤਰੀ ਹੈ। ਇਹ ਅਲੱਗ ਗੱਲ ਹੈ ਕਿ ਹੰਕਾਰਿਆ ਹੋਇਆ ਬੰਦਾ ਜਿਹੜਾ ਉਹ ਇਸ ਨੂੰ ਮੰਨਦਾ ਨਹੀਂ ਹੈ, ਈਗੋ ਜਿਹੜੀ ਹੈ ਉਹ ਸਾਡੇ ਵਿੱਚ ਆਈ ਹੈ। ਨੈਪੋਲੀਅਨ ਨੇ ਕਹੀ ਸੀ ਗੱਲ, ਮੈਂ ਬੜੀ ਵਾਰ ਇੱਥੇ ਦੁਹਰਾਈ ਹੈ ਗੱਲ, ਪਹਿਲੇ ਵੀ ਮੈਂ ਗੱਲ ਕੀਤੀ ਕਿ ਜੇ ਤੁਸੀਂ, ਤੁਹਾਨੂੰ ਚੰਗੀ ਕੌਮ ਚਾਹੀਦੀ ਹੈ ਤਾਂ ਮੈਨੂੰ ਚੰਗੀਆਂ ਫੀਮੇਲਸ ਦਿਓ, ਚੰਗੀਆਂ ਮਾਵਾਂ ਦਿਓ। ਹੁਣ ਮੈਨੂੰ ਨਹੀਂ ਪਤਾ ਨੈਪੋਲੀਅਨ ਨੂੰ ਚੰਗੀ ਮਾਂ ਮਿਲੀ ਜਾਂ ਚੰਗੀਆਂ ਇਸਤਰੀਆਂ ਮਿਲੀਆਂ ਜਾਂ ਨਾ ਮਿਲੀਆਂ, ਲੇਕਿਨ ਸਿੱਖ ਕੌਮ ਕੋਲ ਤਾਂ ਜਿਹੜੀਆਂ ਮੈਂ ਜ਼ਿਕਰ ਕੀਤਾ, ਮਾਈ ਭਾਗੋ, ਬੇਬੇ ਨਾਨਕੀ, ਮਾਤਾ ਸੁੰਦਰੀ, ਮਾਤਾ ਗੁਜਰੀ, ਐਸੀਆਂ ਐਸੀਆਂ ਮਾਵਾਂ ਮਿਲੀਆਂ ਜਿਨ੍ਹਾਂ ਦੀ ਕੋਈ ਮਿਸਾਲ ਸਾਨੂੰ ਸ਼ਾਇਦ ਨਹੀਂ ਮਿਲਦੀ। ਤੋ ਅਗਲੀ ਗੱਲ ਮੈਂ ਜਿਹੜੀ ਅੱਜ ਦੇ ਸੰਦਰਭ ਵਿੱਚ ਕਰਨਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਮੈਂ ਗੱਲ ਪਹਿਲੇ ਵੀ ਕੀਤੀ ਹੈ ਕਿ ਐਜ਼ ਫੀਮੇਲ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀ ਜਿਹੜੀ ਪੁਕਾਰ ਹੈ
ਉਹ ਕਹਿੰਦੇ ਕਿ ਸਾਰੀ ਕਿਆਨਾਤ ਨੂੰ ਪਰਮਾਤਮਾ ਦਾ ਰਹੱਸ ਪ੍ਰਾਪਤ ਕਰਨ ਲਈ ਮਹਿਲਾ ਅਧਿਆਤਮ ਮਹਿਲਾ ਰੂਹ ਬਣਨ ਲਈ ਕਹਿਣਾ, ਮਹਿਲਾ ਨੂੰ ਬਰਾਬਰੀ ਨਾਲ ਪੈਰਾਡਾਈਮ ਤੋਂ ਵੀ ਅੱਗੇ ਲੈ ਜਾਣਾ, ਇਹ ਗੁਰੂ ਗ੍ਰੰਥ ਸਾਹਿਬ ਦਾ ਕਮਾਲ ਸੀ। ਹੁਣ ਜਿਹੜੀ ਗੱਲ ਇਹ ਹੈ ਕਿ ਮੈਨੂੰ ਨਹੀਂ ਪਤਾ ਕਿ ਰੱਬ ਕੋਈ ਕਰਾਮਾਤ ਕਰਦਾ ਜਾਂ ਨਹੀਂ ਕਰਦਾ, ਲੇਕਿਨ ਇਹ ਮੈਨੂੰ ਪਤਾ ਕਿ ਇਸਤਰੀ ਰੂਪੀ ਮਾਂ ਜਿਹੜੀ ਹੈ ਉਹ ਕਰਾਮਾਤ ਜ਼ਰੂਰ ਕਰ ਦਿੰਦੀ ਹੈ। ਬਾਬਾ ਫਰੀਦ ਨੂੰ ਰੱਬ ਬਣਾਇਆ ਸੀ ਉਸਦੀ ਮਦਰ ਨੇ। ਇੱਕ ਬਹੁਤ ਵੱਡੇ ਕ੍ਰਿਸਚੀਅਨ ਹੋਏ ਨੇ ਰਸਕਿਨ, ਜਦੋਂ ਉਸ ਨੂੰ ਪੁੱਛਿਆ ਗਿਆ, ਉਹਨੂੰ ਸਾਰੀ ਬਾਈਬਲ ਜਿਹੜੀ ਹੈ ਉਹਦੀ ਰਗਾਂ ਵਿੱਚ ਸੀ, ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਰਸਕਿਨ ਨੇ ਇਹ ਗੱਲ ਕਹੀ ਸੀ ਕਿ ਮਾਈ ਮਦਰ ਕੇਂਡ ਬਾਈਬਲ ਇਨ ਟੂ ਮਾਈ ਸਕਿਨ। ਤੋ ਗੁਰੂ ਨਾਨਕ ਸਾਹਿਬ ਨੇ ਵੀ ਵਾਰ ਵਾਰ ਇਹ ਗੱਲ ਕਹੀ ਕਿ ਇੱਕ ਚੰਗਾ ਸਮਾਜ ਬਣਾਉਣਾ ਹੈ ਤਾਂ ਇਸਤਰੀ ਨੂੰ ਸਤਿਕਾਰ ਦੇਣਾ ਜ਼ਰੂਰੀ ਹੈ। ਜਿੱਥੇ ਅਸੀਂ ਇਸਤਰੀ ਨਾਲ ਹੁੰਦੀਆਂ ਜ਼ਿਆਦਤੀਆਂ ਦੀਆਂ ਗੱਲਾਂ ਕੀਤੀਆਂ ਨੇ, ਉੱਥੇ ਇਸਤਰੀ ਦੇ ਕੁਝ ਫਰਜ਼, ਕੁਝ ਰਾਈਟਸ ਜਿਹੜੇ ਨੇ, ਰਾਈਟਸ ਦੀ ਗੱਲ ਵੀ ਕਰ ਮੈਂ ਇੱਥੇ ਕਈ ਵਾਰ ਕਰ ਦਿੱਤੀ ਹੈ, ਉੱਥੇ ਕੁਛ ਇਸਤਰੀ ਦੀ ਫਰਜ਼ਾਂ ਦੀ ਵੀ ਗੱਲ ਹੈ ਔਰ ਅਵੇਅਰਨੈਸ ਦੀ ਵੀ ਗੱਲ ਹੈ। ਤਾਂ ਉਹ ਉੜੀਆ ਭਾਸ਼ਾ ਵਿੱਚ ਇੱਕ ਛੋਟੀ ਜੀ, ਬੜਾ ਉੜੀਆ ਭਾਸ਼ਾ ਦੇ ਵਿੱਚ ਉਸਨੂੰ ਪ੍ਰੈਜ਼ੀਡੈਂਟ ਅਵਾਰਡ ਵੀ ਮਿਲਿਆ। ਉੜੀਆ ਭਾਸ਼ਾ ਵਿੱਚ ਕਹਿੰਦੇ ਨੇ ਕਿ ਇੱਕ ਗਰਤਮੀ ਨਾਂ ਹੈ ਔਰ ਇੱਕ ਦਰਮੋ। ਗਰਤਮੀ ਨੂੰ ਧਰਤੀ ਵੀ ਕਹਿੰਦੇ ਨੇ ਔਰ ਔਰਤ ਨੂੰ ਵੀ ਗਰਤਮੀ ਕਹਿੰਦੇ ਨੇ ਉੜੀਆ ਭਾਸ਼ਾ ਵਿੱਚ। ਔਰ ਇਸੇ ਤਰ੍ਹਾਂ ਆਕਾਸ਼ ਨੂੰ, ਆਸਮਾਨ ਨੂੰ ਦਰਮੂ ਕਹਿੰਦੇ ਨੇ ਔਰ ਆਦਮੀ ਨੂੰ ਵੀ ਦਰਮੂ ਕਹਿੰਦੇ ਨੇ। ਅਤੇ ਉਹ ਇੱਕ ਛੋਟੀ ਜਿਹੀ ਉਹਦੇ 'ਚ ਉਹਨਾਂ ਨੇ ਕੋਟੇਸ਼ਨ ਦਿੱਤੀ ਕਿ ਕਿਸ ਤਰ੍ਹਾਂ ਇੱਕ ਔਰਤ ਜੰਗਲ ਵਿੱਚ ਲੱਕੜੀਆਂ ਕੱਟਣ ਜਾ ਰਹੀ ਹੈ, ਗਰੀਬ ਹੈ, ਸ਼ੀ ਵਾਜ਼ ਪ੍ਰੈਗਨੈਂਟ, ਔਰ ਉਹ ਹਮੇਸ਼ਾ ਉੱਤੇ ਆਸਮਾਨ ਵੱਲ ਦੇਖਦੀ ਸੀ ਅਤੇ ਕਹਿੰਦੀ ਸੀ ਹਮੇਸ਼ਾ ਆਕਾਸ਼ ਬੋਲਦਾ ਔਰ ਧਰਤੀ ਸੁਣਦੀ ਹੈ, ਕੀ ਕਦੀ ਕੋਈ ਐਸਾ ਟਾਈਮ ਆਏਗਾ ਕਿ ਧਰਤੀ ਬੋਲੇਗੀ ਅਤੇ ਆਕਾਸ਼ ਸੁਣੇਗਾ। ਅਤੇ ਉਹ ਕਹਿੰਦੀ ਇਹ ਕਹਾਣੀ ਕਿ ਕਿਸ ਤਰ੍ਹਾਂ ਉਸਦੇ ਬੱਚਾ ਪੈਦਾ ਹੁੰਦਾ, ਮੇਲ ਲੜਕਾ ਹੁੰਦਾ, ਉਹ ਲੜਕੇ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ, ਉਸਨੇ ਲੜਕਾ ਭੁੱਖ ਨਾਲ ਰੋਂਦਾ ਤਾਂ ਇੱਕਦਮ ਕੋਈ ਉਸਨੂੰ ਅਵੇਅਰਨੈਸ ਆਉਂਦੀ ਹੈ। ਅਤੇ ਉਹ ਕਹਿੰਦੀ ਕਮਾਲ ਹੋ ਗਿਆ, ਹਮੇਸ਼ਾ ਆਕਾਸ਼ ਬੋਲਦਾ, ਧਰਤੀ ਸੁਣਦੀ ਹੈ, ਇਹ ਧਰਤੀ ਦੀ ਗੋਦ ਦੇ ਵਿੱਚ ਅੱਜ ਆਕਾਸ਼ ਹੈ, ਹੁਣ ਧਰਤੀ ਬੋਲੇਗੀ, ਆਕਾਸ਼ ਸੁਣੇਗਾ। ਇਹ ਜਿਹੜੀ ਅਵੇਅਰਨੈਸ ਚਾਹੁੰਦਾ ਕਿ ਅੱਜ ਦੀ ਬੱਚਿਆਂ ਦੇ ਵਿੱਚ, ਖਾਸ ਕਰਕੇ ਮੇਰੀਆਂ ਇਹ ਬੱਚੀਆਂ ਜਿਹੜੀਆਂ ਸਾਹਮਣੀਆਂ ਬੈਠੀਆਂ ਨੇ, ਇਹ ਅਵੇਅਰਨੈਸ ਆਉਣੀ ਤੁਹਾਡੇ ਵਿੱਚ ਬਹੁਤ ਜ਼ਰੂਰੀ ਹੈ। ਗੁਰਬਾਣੀ ਦੀਆਂ ਕੁਛ ਲਾਈਨਾਂ ਨੇ, ਮੈਂ ਇੰਗਲਿਸ਼ ਵਿੱਚ ਉਹਦਾ ਤਰਜਮਾ ਕੀਤਾ, ਉਹ ਇਸਤਰੀ ਨੂੰ ਇਹ ਕਹਿ ਰਹੇ ਨੇ ਕਿ ਯੂ ਆਰ ਬੋਰਨ ਵਿਦ ਪੋਟੈਂਸ਼ੀਅਲ, ਯੂ ਆਰ ਬੋਰਨ ਵਿਦ ਗੁੱਡਨੈਸ, ਯੂ ਆਰ ਬੋਰਨ ਵਿਦ ਆਈਡੀਅਲਸ ਐਂਡ ਡ੍ਰੀਮਸ, ਯੂ ਆਰ ਬੋਰਨ ਵਿਦ ਗ੍ਰੇਟਨੈਸ, ਯੂ ਆਰ ਬੋਰਨ ਵਿਦ ਵਿੰਗਸ, ਵਿੰਗਸ ਮੀਨ ਪੰਖ, ਐਂਡ ਯੂ ਆਰ ਨਾਟ ਮੈਂਟ ਫਾਰ ਕਰਾਲਿੰਗ, ਸੋ ਡੋਂਟ ਯੂ ਹੈਵ ਵਿੰਗਸ, ਲਰਨ ਟੂ ਯੂਜ ਦੈਮ ਐਂਡ ਫਲਾਈ। ਇਹ ਜਿਹੜੀ ਵਿੰਗਸ ਨੇ, ਇਹ ਅਵੇਅਰਨੈਸ ਦੇ ਵਿੰਗਸ ਨੇ। ਇਹ ਤੁਹਾਨੂੰ ਕਿਹਾ ਗਿਆ ਕਿ ਇਹ ਅਵੇਅਰਨੈਸ ਲਿਆਓ, ਇਸ ਅਵੇਅਰਨੈਸ ਲਈ ਬਹੁਤ ਜ਼ਰੂਰਤ ਹੈ। ਜਿੱਥੇ ਆਪਣੀ ਐਮਪਾਵਰਮੈਂਟ ਲਈ, ਆਪਣੀ ਰਾਈਟਸ ਲਈ ਗੱਲ ਕਰੋ, ਉੱਥੇ ਬਹੁਤ ਜ਼ਰੂਰੀ ਹੈ ਆਪਣੀਆਂ ਡਿਊਟੀਆਂ, ਡਿਊਟੀਜ਼ ਟੂਵਰਡਸ ਯੂਅਰ ਫੈਮਿਲੀ, ਡਿਊਟੀਜ਼ ਟੂਵਰਡ ਯੂਅਰ ਸੁਸਾਇਟੀ। ਔਰ ਮੈਂ ਬੜਾ ਹੈਰਾਨ ਹੁੰਦਾ, ਗੁਰੂ ਨਾਨਕ ਸਾਹਿਬ ਨੇ ਇੱਕ ਥਾਂ 'ਤੇ ਗੱਲ ਕੀਤੀ ਵੀ ਸੀ ਕਿ ਉਹਨਾਂ ਨੇ ਇਹ ਗੱਲ ਗੁਰਬਾਣੀ ਵਿੱਚ ਕਹੀ ਹੈ ਕਿ ਜਿਨ੍ਹਾਂ ਦੇ ਮੁੱਖ ਵਿੱਚ ਰੱਬ ਦਾ ਨਾਂ ਨਹੀਂ ਹੈ ਜਾਂ ਰਾਮ ਦਾ ਨਾਮ ਨਹੀਂ ਹੈ, ਉਹਦੀਆਂ ਮਾਵਾਂ ਜਿਹੜੀਆਂ ਨੇ ਉਹ ਬਾਂਝ ਹੋ ਜਾਣ। ਔਰ ਆਮ ਤੌਰ 'ਤੇ ਇਹ ਗੱਲ ਕਹੀ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਬੜੀ ਸਖਤ ਕਹਿ ਦਿੱਤੀ ਹੈ, ਲੇਕਿਨ ਉਹਨੂੰ ਸਮਝਣ ਵਾਲੀ ਗੱਲ ਹੈ। ਰੱਬ ਨੂੰ ਯਾਦ ਰੱਖਣਾ ਦਾ ਸਿੱਧਾ ਇਹਦਾ ਮਤਲਬ ਹੈ ਕਿ ਜਿਹੜਾ ਹੈ ਦੁਨੀਆ ਦੇ ਵਿੱਚ ਅਵੇਅਰਨੈਸ ਲਿਆ ਕੇ ਇੱਕ ਚੰਗੀ ਸੁਸਾਇਟੀ ਕ੍ਰੀਏਟ ਕਰਨਾ। ਤਾਂ ਮਾਵਾਂ ਨੂੰ ਐਸੇ ਬੱਚੇ ਪਾਲਣੇ ਚਾਹੀਦੇ ਨੇ ਜਾਂ ਐਸੇ ਪਾਲਣ ਪੋਸ਼ਣ ਕਰਨਾ ਚਾਹੀਦਾ ਜਿਹੜੀਆਂ ਜਿਹੜੇ ਬੱਚੇ ਵੱਡੇ ਹੋ ਕੇ ਇੱਕ ਚੰਗਾ ਸਮਾਜ ਕ੍ਰੀਏਟ ਕਰਨ। ਅਤੇ ਗੁਰੂ ਨਾਨਕ ਸਾਹਿਬ ਨੇ ਇੰਨਾ ਕਿਹਾ ਕਿ ਜਿਹੜੀ ਫੈਮਿਲੀ, ਜਿਹੜੀ ਮਾਂ, ਜਿਹੜਾ ਪਰਿਵਾਰ ਆਪਣੇ ਬੱਚੇ ਨੂੰ ਅੱਛਾ ਪਾਲਣ ਪੋਸ਼ਣ ਨਹੀਂ ਦੇ ਸਕਦਾ, ਬੈਟਰ ਹੈ ਉਹ ਬੱਚੇ ਨੂੰ ਜਨਮ ਹੀ ਨਾ ਦੇਵੇ। ਤਾਂ ਇਹ ਬਹੁਤ ਵੱਡੀ ਡਿਊਟੀ ਹੈ, ਮੈਂ ਮੰਨਦਾ ਕਿ ਇਹ ਡਿਊਟੀ ਮਾਂ ਔਰ ਬਾਪ ਦੋਨਾਂ ਦੀ ਹੈ, ਲੇਕਿਨ ਬੱਚੇ ਦਾ ਸਿੱਧਾ ਸੰਬੰਧ ਮਾਂ ਨਾਲ ਹੁੰਦਾ, ਬਾਪ ਨਾਲ ਇੰਨਾ ਸੰਬੰਧ ਨਹੀਂ ਹੁੰਦਾ। ਜਿਹੜੀਆਂ ਸੈਂਸਿਸ ਨੇ, ਜਿਹੜੀਆਂ ਰੱਗਾਂ ਨੇ, ਜਿਹੜਾ ਬਲੱਡ ਹੈ, ਜਿਹੜੇ ਜੀਨਸ ਨੇ, ਉਹ ਜਿੰਨੇ ਮਾਂ ਨਾਲ ਰਲੇ ਹੁੰਦੇ ਨੇ ਬੱਚੇ ਦੇ, ਉਹ ਜਿਹੜੇ ਹੈ ਉਹ ਪਿਤਾ ਨਾਲ ਨਹੀਂ ਹੁੰਦੇ ਨੇ। ਮਾਵਾਂ ਦਾ ਫਰਜ਼ ਬਣਦਾ ਕਿ ਜਿੱਥੇ ਆਪਣੀ ਐਮਪਾਵਰਮੈਂਟਸ ਔਰ ਰਾਈਟਸ ਦੀ ਗੱਲ
ਉਹ ਆਪਣੇ ਸਮਾਜ ਵਿੱਚ ਜਾਂ ਆਪਣੇ ਪਰਿਵਾਰ ਵਿੱਚ ਕਰਨ, ਉੱਥੇ ਆਪਣੀਆਂ ਡਿਊਟੀਜ਼ ਦੀਆਂ ਗੱਲਾਂ ਜਿਹੜੀਆਂ ਨੇ, ਫਰਜ਼ਾਂ ਦੀਆਂ ਗੱਲਾਂ ਨੇ, ਔਰ ਅਗਰ ਅੱਜ ਸਾਡੀਆਂ ਮਾਵਾਂ ਜਿਹੜੀਆਂ ਨੇ ਉਹੀ ਅਵੇਅਰ ਹੋ ਕੇ ਆਪਣੇ ਬੱਚਿਆਂ ਨੂੰ ਆਈਡੀਅਲਸ ਬਣਾਉਣਾ ਸ਼ੁਰੂ ਕਰ ਦੇਣਗੇ, ਫਿਰ ਕੋਈ ਦਮਨੀ ਨਹੀਂ ਰਹੇਗੀ, ਫਿਰ ਕੋਈ ਗੁੜੀਆ ਵਾਲਾ ਕੇਸ ਇਸ ਸਮਾਜ ਵਿੱਚ ਨਹੀਂ ਹੋਏਗਾ, ਸਭ ਕੁਛ ਐਵਰੀਥਿੰਗ ਵਿਲ ਬੀ ਜੋ ਹੈ ਇੱਕ ਆਈਡੀਅਲ ਹੋ ਜਾਏਗਾ। ਤੋ ਮੈਂ ਅੱਜ ਦੇ ਸੈਮੀਨਾਰ ਦੇ ਵਿੱਚ ਜਿਹੜੇ ਅਗਲੇ ਸਪੀਕਰਸ ਆਉਣਗੇ ਉਹ ਡਾਕਟਰ ਪਰਮਵੀਰ ਜੀ ਨੇ, ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਬੇਸ ਲੈ ਕੇ ਓਵਰਆਲ ਉਹਨਾਂ ਨੇ ਗੱਲ ਕਰਨੀ ਹੈ। ਭਾਵਨਾ ਮਲਿਕ ਜੀ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਬੇਸ ਲੈ ਕੇ ਉਹਨਾਂ ਨੇ ਗੱਲ ਕਰਨੀ ਹੈ, ਔਰ ਇੱਕ ਮੇਰੀ ਬੱਚੀ ਇੱਥੇ ਆਈ ਹੈ ਤਾਹਿਰਾ ਅਮੀਨ, ਉਸਨੇ ਇਸਲਾਮਿਕ ਪੱਖ ਦੇ ਵਿੱਚ ਵੂਮੈਨ ਦੀ ਇੰਪਾਵਰਮੈਂਟ ਜਾਂ ਰਾਈਟਸ ਐਂਡ ਡਿਊਟੀਜ਼ ਜਿਹੜੀਆਂ ਨੇ ਉਹ ਇਸਲਾਮਿਕ ਪੱਖ ਉਹਨਾਂ ਨੇ ਕਰਨਾ, ਕੁਰਾਨ ਦੇ ਵਿੱਚ ਉਹਨਾਂ ਨੂੰ ਕੀ ਕਿਹਾ ਗਿਆ ਫਾਰ ਵੂਮੈਨ ਇੰਪਾਵਰਮੈਂਟ ਲਈ, ਇਹ ਉਹਨਾਂ ਨੇ ਗੱਲ ਕਰਨੀ ਹੈ। ਤੋ ਅੱਜ ਦੇ ਇਸ ਸੈਮੀਨਾਰ ਦੇ ਵਿੱਚ ਜਿਹੜੀਆਂ ਨੇ ਸਾਡਾ ਮੇਨ ਮਕਸਦ ਜਿਹੜਾ ਉਹ ਇਹ ਹੈ ਕਿ ਸਾਡੀਆਂ ਬੱਚੀਆਂ ਅਵੇਅਰ ਹੋਣ ਆਪਣੇ ਰਾਈਟਸ ਲਈ, ਆਪਣੀਆਂ ਇੰਪਾਵਰਮੈਂਟਸ ਲਈ, ਜਿੱਥੇ ਉਹਨਾਂ ਨੂੰ ਇੰਪਾਵਰ ਕੀਤਾ ਜਾਵੇ, ਜਿੱਥੇ ਉਹਨਾਂ ਨੂੰ ਰਾਈਟਸ ਦਿੱਤੇ ਜਾਣ ਉਹਨਾਂ ਦੇ ਬੰਦੇ ਹੋਏ, ਉੱਥੇ ਉਹ ਆਪਣੀਆਂ ਡਿਊਟੀਜ਼ ਨੂੰ ਵੀ ਜ਼ਰੂਰ ਦੇਖਣ। ਇਤਨੀਆਂ ਹੀ ਬੇਨਤੀਆਂ ਜੀ, ਥੈਂਕ ਯੂ।